ਵੀਡੀਓ ਨੂੰ ਇਗਨੋਰ ਨਾ ਕਰਨਾ ਸੰਗਤ ਜੀ ਗੁਰੂ ਨੂੰ ਪਿਆਰ ਕਰਨ ਵਾਲੇ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰਨਾ ਲਾਈਕ ਕਮੈਂਟ ਵੀ ਜ਼ਰੂਰ ਕਰਿਆ ਕਰਿਓ ਸਾਧ ਸੰਗਤ ਜੀ ਜਿਹੜੇ ਵੀਰ ਭੈਣ ਚੈਨਲ ਤੇ ਨਵੇਂ ਆਏ ਨੇ ਸਾਰਿਆਂ ਦਾ ਧੰਨਵਾਦ ਤੇ ਬਹੁਤ-ਬਹੁਤ ਸ਼ੁਕਰੀਆ ਜੀ ਪਰਮਪਿਆਰੋ ਆਪਾਂ ਜਿਹੜੀ ਬੇਨਤੀ ਨੂੰ ਅੱਜ ਸਮਝਣ ਲੱਗੇ ਆ ਧਿਆਨ ਨਾਲ ਸੁਣਿਓ ਦੁਨੀਆ ਦੇ ਅੰਤ ਦੀਆਂ ਇਹ ਤਿੰਨ ਨਿਸ਼ਾਨੀਆਂ ਨੇ ਜੋ ਸੱਚ ਵੀ ਹੋ ਰਹੀਆਂ ਨੇ ਦੁਨੀਆ ਦੇ ਖਤਮ ਹੋਣ ਦੀ ਭਵਿੱਖਬਾਣੀ ਜ਼ਰੂਰ ਸੁਣ ਲਓ ਆਓ ਆਪਾਂ ਬੇਨਤੀਆਂ ਆਰੰਭ ਕਰੀਏ ਪੁਲਾਵ ਫਤੇ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼ਿਰਵਾਹਿਗੁਰੂ ਜੀ ਕੀ ਫਤਿਹ ਖੁਰਮਕ ਪਿਆਰਿਓ ਪੰਨੀ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਗੁਰਬਾਣੀ ਨੂੰ ਪੜੋ ਜੇ ਸੁਖਮਨੀ ਸਾਹਿਬ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ 14ਵਾਂ ਸ਼ਲੋਕ ਪੜਿਓ 14ਵੀਂ ਅਸ਼ਟਪਦੀ ਪੜਿਓ ਸ਼ਲੋਕ ਤਜੋ ਸਿਆਣਾ ਪਸੁਰਜਨੋ ਸਿਮਰੋ ਹਰ ਹਰ ਰਾਇ ਚੂਨਾ ਪਾਨ ਸ਼ਲੋਕ ਆਰੰਭਤਾ ਵਿੱਚ ਪੜਿਆ ਕਹਿੰਦੇ ਪਾਤਸ਼ਾਹ ਕਹਿੰਦੇ ਨੇ ਭਲੇ ਮਨੁੱਖੋ ਚਤੁਰਾਈ ਛੱਡ ਕੇ ਅਕਾਲ ਪੁਰਖ ਨੂੰ ਸਿਮਰ ਲਓ ਅਕਾਲ ਪੁਰਖ ਦੇ ਨਾਮ ਨੂੰ ਧਿਆ ਲਾਓ ਪਾਤਸ਼ਾਹ ਕਹਿੰਦੇ ਨੇ ਇੱਕ ਆਸ ਹਰ ਮਨ ਰੱਖੋ ਨਾਨਕ ਦੂਖ ਪਰਮ ਪਹੁੰਚ ਜਾਏ ਕੇਵਲ ਪ੍ਰਭੂ ਦੀ ਆਸ ਮਨ ਵਿੱਚ ਰੱਖ ਕੇ ਨਾਨਕ ਇਸ ਤਰ੍ਹਾਂ ਦੁੱਖ ਵਹਿਮ ਤੇ ਡਰ ਦੂਰ ਹੋ ਜਾਂਦਾ ਹੈ ਕਿਉਂਕਿ ਉਹ ਪਰਮਾਤਮਾ ਦੇ ਜਦੋਂ ਨੇੜੇ ਹੋ ਜਾਈਦਾ ਨਾ ਕਿੱਥੇ ਮੈਂ ਬੇਨਤੀ ਕਰਕੇ ਧਿਆਨ ਲਵਾਉਣੀ ਆ ਕਹਿੰਦੇ ਦੁਨੀਆਂ ਦਾ ਜਿਹੜਾ ਅੰਤ ਹੈ ਸਚ ਨੂੰ ਦੁਨੀਆਂ ਦੇ ਅੰਤ ਦੀਆਂ ਇਹ ਤਿੰਨ ਨਿਸ਼ਾਨੀਆਂ ਨੇ ਦੇਖੋ ਜਿਹੜਾ ਬੰਦਾ ਅਤ ਤੇ ਅੰਤ ਕਰਨ ਲੱਗ ਜਾਏ ਜਿਹੜਾ ਬੰਦਾ ਅਤ ਚੁੱਕ ਲੈ ਤੇ ਸਿਆਣੇ ਕਹਿੰਦੇ ਨੇ ਅਤ ਤੇ ਅੰਤ ਦੇ ਵਿੱਚ ਬੜਾ ਫਰਕ ਨਹੀਂ ਹੁੰਦਾ ਸਿਰਫ ਅਦਕ ਤੇ ਟਿੱਪੀ ਦਾ ਫਰਕ ਹੁੰਦਾ ਜਿੱਥੇ ਅੰਤ ਹੋਣ ਲੱਗ ਜਾਵੇ ਉਥੇ ਅੰਤ ਹੋਣਾ ਤੈ ਹੋ ਜਾਂਦਾ ਇਥੇ ਮੈਂ ਬੇਨਤੀ ਕਰ ਰਹੀ ਸਾਂ ਕਿ ਦੁਨੀਆਂ ਦੇ ਖਤਮ ਹੋਣ ਦੀ ਜਿਹੜੀ ਆਖਰੀ ਤੈ ਹੈ ਮਿੱਟੀ ਹੈ ਉਹ ਤੈ ਹੋ ਗਈ ਹੈ ਉਹ ਕਿਵੇਂ ਹੈ ਜੀ ਦੇਖੋ ਜੀ ਇੱਕ ਤੇ ਧੋਖਾ ਦੁਨਿਆਦਾਰੀ ਦੇ ਵਿੱਚ ਇੰਨਾ ਕੋ ਧੋਖਾਵਾਦ ਕਿ ਐਸਾ ਚਣੋ ਕਿ ਬੰਦਾ ਬੰਦੇ ਦੇ ਨਾਲ ਧੋਖਾ ਮਾਰ ਰਿਹਾ ਦੇਖੋ ਹਰ ਇੱਕ ਬੰਦਾ ਤੋਖੇ ਦੀ ਜ਼ਿੰਦਗੀ ਜਿਉ ਰਿਹਾ ਹੈ ਹਰ ਇੱਕ ਬੰਦਾ ਤੋਖੇ ਦੇ ਸਹਾਰੇ ਜਿਉ ਰਿਹਾ ਹੈ ਮੁੱਖ ਪਿਆਰਿਓ ਅੱਜ ਦੇਖਦੇ ਆ ਨਾ ਕਿ ਨੌਜਵਾਨਾਂ ਨੂੰ ਬਾਹਰ ਲੈ ਜਾਣ ਦੇ ਉੱਤੇ ਕਿੰਨੇ ਏਜੰਟ ਠੱਗੀਆਂ ਮਾਰ ਕੇ ਲੰਘ ਜਾਂਦੇ ਨੇ ਕਿੰਨੀਆਂ ਹੀ ਭੈਣਾਂ ਨੂੰ ਬਾਹਰ ਲਿਜਾ ਕੇ ਖਰਚਲ ਖੁਆਰ ਕੀਤਾ ਜਾਂਦਾ ਹੈ ਜਿਸਮ ਫਰੋਸ਼ੀ ਦੇ ਧੰਦੇ ਦੇ ਵਿੱਚ ਉਹਨਾਂ ਨੂੰ ਪਾਇਆ ਜਾਂਦਾ ਹੈ ਤੇ ਇੱਥੋਂ ਕੁਝ ਸੁਪਨੇ ਦਿਖਾ ਕੇ ਅੱਗੇ ਕੁਝ ਹੋਰ ਦੁਨੀਆ ਦੇ ਵਿੱਚ ਉਹਨਾਂ ਨੂੰ ਧਕੇਲ ਦਿੱਤਾ ਜਾਂਦਾ ਹੈ ਕਿੰਨਾ ਕੁਝ ਹੁੰਦਿਆਂ ਸੰਸਾਰ ਦੇ ਵਿੱਚ ਪੈਸੇ ਦੇ ਲਾਲਚ ਕਰਕੇ ਛੋਟੇ-ਛੋਟੇ ਬੱਚਿਆਂ ਨੂੰ ਵੇਚਿਆ ਜਾਂਦਾ ਹੈ ਅੰਗ ਤੱਕ ਕੱਢ ਕੇ ਮਨੁੱਖਾਂ ਦੇ ਵੇਚੇ ਜਾਂਦੇ ਨੇ ਕਰੋਨਾ ਹਾਲ ਦੇ ਵਿੱਚ ਸਮਾਂ ਆਪਾਂ ਵੇਖਿਆ ਦੁਨੀਆ ਦਾ ਅੰਤ ਹੋਣ ਦੇ ਨਿਸ਼ਾਨੇ ਐ ਜਦੋਂ ਬੰਦਾ ਬੰਦੇ ਦਾ ਦਰਦ ਨਾ ਸਮਝੇ ਜਦੋਂ ਇੱਕ ਬੰਦਾ ਤਣਾੜ ਹੋ ਕੇ ਦੂਸਰਿਆਂ ਤੇ ਰੇੜੀ ਵਾਲਿਆਂ ਤੋਂ ਵੀ ਖਰਚਵਾ ਲਵੇ ਰੇੜੀ ਵਾਲਿਆਂ ਤੋਂ ਵੀ ਲੋਕੀ ਕਈ ਖਰਚੇ ਲੈਂਦੇ ਐ ਇੱਕ ਬੰਦਾ ਆਫਿਸ ਦੇ ਵਿੱਚ ਬੈਠ ਕੇ 1.80 ਹਜ਼ਾਰ ਤਨਖਾਹ ਲੈਣ ਵਾਲਾ ਨਚਿੰਦੀ ਟੇਬਲ ਤੇ ਕਵੇ ਕਿ ਮੇਰਾ ਚਾਹ ਪਾਣੀ ਕਰੋ ਤਾਂ ਦੁਨੀਆ ਜਾਣਦੀ ਹੈ ਉੱਚੇ ਉਹਦੇ ਤੇ ਬੈਠ ਕੇ ਇਨਸਾਨ ਦੂਜਿਆਂ ਨੂੰ ਬੰਦਾ ਨਾ ਸਮਝੇ ਇਹ ਦੁਨੀਆ ਦਾ ਅੰਤ ਹੈ ਸਚ ਨੂੰ ਯਾਦ ਰੱਖਿਓ ਕਿ 1 ਲੱਖ ਰੁਪਏ ਤਨਖਾਹ ਲੈ ਕੇ ਢਿੱਡ ਨਾ ਭਰਿਆ ਤੇ ਗਰੀਬ ਦੇ ਕੋਲੋਂ 4-500 ਰੁਪਏ ਲੈ ਕੇ ਵੀ ਉਸ ਦਾ ਢਿੱਡ ਨਹੀਂ ਭਰ ਸਕਦਾ ਯਾਦ ਰੱਖਿਓ ਜੀ ਸੰਤੋਖ ਨਹੀਂ ਹੈ ਕੋਈ ਬੇਨਤੀ ਕਰਿਓ ਤੋਖਾ ਹੈ ਤੋਖਾ ਆਪਣੇ ਆਪ ਨਾਲ ਤੋਖਾ ਹੈ ਗੁਰੂ ਨਾਲ ਤੋਖਾ ਯਾਦ ਰੱਖਿਓ ਸਚ ਨੂੰ ਪਾਤਸ਼ਾ ਦੇ ਨਾਲ ਧੋਖਾ ਇਹ ਕਰਨਾ ਕਹਿੰਦੇ ਵੀ ਜਿਹੜੇ ਲੋਕੇ ਕਰਦੇ ਨੇ ਪਾਤਸ਼ਾ ਨਾਲ ਵੀ ਧੋਖਾ ਕਰ ਰਹੇ ਨੇ ਜਿਹੜਾ ਬੰਦਾ ਬੰਦੇ ਦੇ ਨਾਲ ਧੋਖਾ ਕਰ ਰਿਹਾ ਆਪਣੇ ਹੱਕ ਤੋਂ ਵੱਧ ਕਿਸੇ ਦਾ ਗਲਾ ਵਧ ਰਿਹਾ ਨਜਾਇਜ਼ ਕਰ ਰਿਹਾ ਇਹ ਧੋਖਾ ਹੈ ਪਾਤਸ਼ਾ ਕਹਿੰਦੇ ਨੇ ਧੋਖਾ ਬੰਦੇ ਨਾਲ ਨਹੀਂ ਦੁਨੀਆਦਾਰੀ ਵਿੱਚ ਨਹੀਂ ਹੈ ਇਹ ਧੋਖਾ ਗੁਰੂ ਨਾਲ ਹੋ ਰਿਹਾ ਮੈਂ ਧਿਆਨ ਦਿਵਾਵਾਂ ਕਿ ਦੂਸਰਿਆਂ ਦੀ ਗੱਲ ਹੈ ਲਾਲਚ ਲਾਲਚ ਦਾ ਮਾਰਿਆ ਬੰਦਾ ਕਿੰਨਾ ਕੁਛ ਕਰਦਾ ਹੈ ਜੀ ਲਾਲਚ ਤਹੀ ਬਚਾ ਕੇ ਬੰਦੇ ਨੂੰ ਕਹਿ ਦੋ ਵੀ ਉਂ ਕੰਮ ਕਰਦੇ ਕੋਈ ਕੋਈ ਨਹੀਂ ਕਰਦਾ ਤੁਸੀਂ ਦੇਖਿਆ ਹੋਣਾ ਕਦੇ ਸਰਕਾਰੀ ਹਸਪੀਟਲ 'ਚ ਜਾ ਕੇ ਵੇਖਿਓ ਜਿਹੜੇ ਮੂਰੇ ਪਰਚੀਆਂ ਫੜਦੇ ਹੁੰਦੇ ਨੇ ਡਾਕਟਰ ਦੇ ਪਰਚੀਆਂ ਫੜ-ਫੜ ਕੇ ਰੱਖਦੇ ਨੇ ਮੈਂ ਕਈਆਂ ਨੂੰ ਵੇਖਿਆ ਉਹਦੀ ਜੇਬ 'ਚ ਤੁਸੀਂ 50 ਰੁਪਏ ਪਾ ਦਿਓ ਤੁਹਾਡੀ ਪਰਚੀ ਉੱਤੇ ਕਰ ਦੇਗਾ ਦੇਖੋ ਜੀ ਉਹਨੂੰ ਪੈਸੇ ਨਾ ਦਿਓ ਤੁਹਾਡੀ ਪਰਚੀ ਥੱਲੇ ਦੀ ਥੱਲੇ ਰਹਿ ਜਾਣੀ ਹੈ ਪੈਸੇ ਦਿਓ ਕਹਣਾ ਤੁਹਾਡੀ ਪਰਚੀ ਤੇ ਤੁਹਾਡਾ ਨੰਬਰ ਹੁਣੇ ਲਾ ਦੋਏ ਦੇਖੋ ਜੀ ਚਮਲਾਉਂਦਾ ਹੀ ਕੋਣ ਆ ਆਪਾਂ ਇਹਨਾਂ ਲੋਕਾਂ ਨੂੰ ਚਮਲਾ ਰਹੇ ਆ ਆਪਾਂ ਹੀ ਇਹਨਾਂ ਲੋਕਾਂ ਨੂੰ ਪੈਸੇ ਦੇ ਕੇ ਇਹਨਾਂ ਦਾ ਮੂੰਹ ਪਵਾ ਲੈਂਦੇ ਆ ਬਾਅਦ ਵਿੱਚ ਫਿਰ ਆਪਾਂ ਹੀ ਪਛਟਾਉਂਦੇ ਆਂ ਇਹ ਲੋਕ ਆਪਾਂ ਨੂੰ ਦੁੱਖ ਦਿੰਦੇ ਨੇ ਆਪਣੇ ਸਿਰ ਤੇ ਬਹਿ ਜਾਂਦੇ ਨੇ ਚੜਕੇ ਹੋਰ ਮੁੱਖ ਪਿਆਰੋ ਮੈਂ ਬੇਨਤੀ ਕਰਨੀ ਹੈ ਕਿ ਲਾਲਚ ਇਹ ਜਿਹੜਾ ਹੈ ਨਾ ਇਹਦਾ ਵਜਿਆ ਬੰਦਾ ਲਾਲਚ ਦੇ ਵਿੱਚ ਪਿਆ ਬੰਦਾ ਇੱਕ ਹਲਕੇ ਕੁੱਤੇ ਵਰਗਾ ਹੁੰਦਾ ਹੈ ਜੀ ਇਨਸਾਨੀਅਤ ਨਹੀਂ ਇਨਸਾਨੀਅਤ ਖਤਮ ਹੋ ਗਈ ਹੈ ਦੂਜੀ ਗੱਲ ਕੰਮ ਇੱਕ ਅਜਿਹੀ ਚੀਜ਼ ਐ ਦੇਖੋ ਸੋ ਜੀਣਾ ਪਿਛਲੇ ਸਮਿਆਂ ਦੇ ਦੌਰਾਨ ਅੱਜ ਦੇ ਜਿਹੜੇ ਦੌਰ ਚੱਲ ਰਹੇ ਨੇ ਛੋਟੀਆਂ-ਛੋਟੀਆਂ ਬੱਚੀਆਂ ਸੇਫ ਨਹੀਂ ਉਹਨਾਂ ਦੀ ਜਿਹੜੀ ਐ ਪਤ ਲੁੱਟੀ ਜਾਂਦੀ ਐ ਵੱਡੀਆਂ ਧੀਆਂ ਪੈਣਾ ਨੇ ਸਾਡੀਆਂ ਉਹਨਾਂ ਨੂੰ ਵਰਗਲਾ ਕੇ ਪਤਾ ਨਹੀਂ ਕੀ ਕੁਝ ਆਪਣੇ ਭੂਇਖ ਦੇ ਸੁਪਨੇ ਦਿਖਾ ਕੇ ਉਹਨਾਂ ਦੇ ਜਿਸਮ ਦੇ ਨਾਲ ਖੇਡਿਆ ਜਾਂਦਾ ਐ ਇਸ ਤਾਂ ਦੀ ਮੰਡੀ ਨੂੰ ਨਿਲਾਮ ਕੀਤਾ ਜਾਂਦਾ ਐ ਮੈਂ ਬੇਨਤੀ ਕਰਕੇ ਧਿਆਨ ਦਿਵਾਉਣਾ ਕਿ ਕੌਣ ਲੋਕ ਕਰਦੇ ਨੇ ਜੋ ਆਮ ਦੇ ਦੀਨ ਹੋਵੇ ਵਾਸ਼ਨਾਮਾ ਦੇ ਅਧੀਨ ਹੋਵੇ ਉਹ ਲੋਕ ਨੇ ਜੋ ਵਗਾਰਾਂ ਦੇ ਅਧੀਨ ਹੋ ਕੇ ਪਾਪ ਕਮਾਉਂਦੇ ਨੇ ਜਦੋਂ ਕੰਮ ਉਹ ਦੋਦੀ ਉਤੋਦੀ ਹੋ ਜੇ ਤੇ ਦਿਮਾਗ ਤੋਂ ਵੀ ਭਰੇ ਹੋ ਜੇ ਸੋਚਣ ਸ਼ਕਤੀ ਤੋਂ ਭਰੇ ਹੋ ਜੇ ਫੋਟਵਾਂ ਦੀਆਂ ਸਥਾਵਾਂ ਨਹੀਂ ਫਿਰ ਜਿਹੜੀਆਂ ਫਿਰ ਬੰਦਾ ਆਪਣੇ ਭੋਗ ਲਾਸਤਾ ਨੂੰ ਪੂਰਾ ਕਰਨ ਦੇ ਲਈ ਆਪਣੀ ਭੋਗ ਲਾਸਤਾ ਦੀ ਪੂਰਤੀ ਦੇ ਲਈ ਬੰਦਾ ਕੁਝ ਵੀ ਕਰ ਗੁਜ਼ਾਰ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਮੈਂ ਗਲਤ ਕਰ ਰਿਹਾ ਜਾਂ ਸਹੀ ਕਿਉਂਕਿ ਵਾਸ਼ਨਾਵਾ ਤਾਂ ਉੱਤੇ ਉੱਠ ਗਿਆ ਹੈ ਵਾਸ਼ਨਾਵਾ ਤੋਂ ਇਹਨਾਂ ਕੋ ਗ੍ਰਸਤ ਹੋ ਗਿਆ ਹੈ ਉਹਨੂੰ ਪਤਾ ਨਹੀਂ ਲੱਗ ਰਿਹਾ ਇਹ ਕੀ ਹੋ ਰਿਹਾ ਚੰਗਾ ਹੋ ਰਿਹਾ ਹੈ ਜਾਂ ਮਾੜਾ ਹੋ ਰਿਹਾ ਹੈ ਉਜੀ ਗੱਲ ਹੈ ਜੀ ਕਰੋਧ ਗੁਰਮੁਖੋ ਪਿਆਰਿਓ ਕਰੋਧ ਇੱਕ ਅਜਿਹੀ ਚੀਜ਼ ਹੈ ਜੋ ਚੰਗਾ ਕਰਦੇ ਕਰਦੇ ਵੀ ਮਾੜਾ ਹੋ ਜਾਂਦਾ ਹੈ ਸਾਰਾ ਕੰਮ ਸਹੀ ਹੋ ਗਿਆ ਕਿਸੇ ਨੇ ਕੋਈ ਗੱਲ ਕਰ ਦਿੱਤੀ ਬੰਦੇ ਨੂੰ ਕਰੋਧ ਆ ਗਿਆ ਸਾਰੇ ਕੰਮ ਦੀ ਮਿੱਟੀ ਪਲੀਥ ਹੋ ਜਾਂਦੀ ਹੈ ਕਿਸੇ ਨੇ ਮਾੜੀ ਜੀ ਗੱਲ ਕਹਿ ਦਿੱਤੀ ਛੋਟੀ ਜਿਹੀ ਗੱਲ ਨਾ ਸਹਾਰਦਾ ਹੋਇਆ ਕਤਲ ਤੱਕ ਹੁੰਦੇ ਮੈਂ ਵੇਖਿਆ ਸੱਚ ਨੂੰ ਇੱਕ ਕਰੋਧ ਦਾ ਨਤੀਜਾ ਹੈ ਮੈਂ ਕਹਿੰਨੀ ਆ ਵੀ ਕਰੋਧ ਦੇ ਵਾਸਪਿਆ ਬੰਦਾ ਇਹੋ ਜਿਹੇ ਕਾਰਜ ਕਰ ਜਾਂਦਾ ਹੈ ਜਿਹੜੇ ਕੀ ਉਹਨੂੰ ਨਹੀਂ ਕਰਨੇ ਚਾਹੀਦੇ ਇਹੋ ਜੇ ਕੰਮ ਕਰ ਜਾਂਦਾ ਹੈ ਕਿ ਜਿਹੜੇ ਉਹਨੂੰ ਕਰਨੇ ਨਹੀਂ ਸਨ ਚਾਹੀਦੇ ਪਿਆਰਿਓ ਇਹ ਮੈਂ ਬੇਨਤੀ ਤਾਂ ਸਾਂਝੀ ਕੀਤੀ ਕਿਉਂਕਿ ਸਾਡੇ ਮਨਾਂ ਦੇ ਵਿੱਚ ਕ੍ਰੋਧ ਬੜਾ ਹੈ ਕ੍ਰੋਧ ਨੂੰ ਕੱਢੀਏ ਇਹ ਦੁਨੀਆ ਦੇ ਅੰਤ ਨੇ ਅੰਤ ਹਰ ਮੁਕ ਪਿਆਰਿਓ ਸਮਝਣਾ ਪਵੇਗਾ ਤੋਖਾ ਲਾਲਚ ਕਾਮ ਤੇ ਕ੍ਰੋਧ ਇਹ ਤਿੰਨ ਚਾਰ ਨਿਸ਼ਾਨੀਆਂ ਨੇ ਜਿਹੜੀਆਂ ਯਾਦ ਰੱਖਿਓ ਇਹ ਦੁਨੀਆ ਅੰਤ ਹੋਣ ਦੇ ਲਈ ਤੈ ਹੈ ਇਹੋ ਜੀਆਂ ਚੀਜ਼ਾਂ ਅੰਤ ਕਰਾਉਣ ਕੇ ਆ ਇਹਦੇ ਵਿੱਚ ਫਸੇ ਬੰਦੇ ਇਹਦੇ ਵਿੱਚ ਗਰਸੇ ਹੋਏ ਇਨਸਾਨ ਦੁਨੀਆ ਨੂੰ ਲੈ ਕੇ ਡੁੱਬਣਗੇ ਪਿਆਰਿਓ ਯਾਦ ਰੱਖਿਓ ਆਪਾਂ ਨਾ ਚੀਜ਼ਾਂ ਤੋਂ ਨਿਰਲੇਪ ਰਹੀਏ ਦੇਖੋ ਤੋਖਾ ਤੇ ਆਪਣੇ ਵਿੱਚ ਬਿਲਕੁਲ ਵੀ ਨਾ ਹੋਵੇ ਲਾਲਚ ਜਿਹੜਾ ਆਪਣੇ ਕੋਲੋਂ ਸੀਮਤ ਹੋਵੇ ਕੇਵਲ ਆਪਣੇ ਕੋਲੋਂ ਇੰਨਾ ਕੁ ਲਾਲਚ ਹੋਵੇ ਆਪਾਂ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਸਹੀ ਢੰਗ ਨਾਲ ਚਲਾ ਸਕੀਏ ਦੂਸਰੇ ਦੇ ਹੱਕ ਦੂਸਰੇ ਦੀ ਗੱਲ ਜਿਹੜੀ ਹੈ ਉਹ ਕਦੇ ਨਾ ਵੱਢੀਏ ਯਾਦ ਰੱਖਿਓ ਜੀ ਕਾਮ ਤੇ ਕ੍ਰੋਧ ਕਾਮ ਤੇ ਕ੍ਰੋਧ ਕ੍ਰੋਧ ਵੀ ਹੋਵੇ ਕਾਮ ਵੀ ਹੋਵੇ ਪਰ ਇਹਨਾਂ ਦੇ ਵਰਤੋਂ ਸਹੀ ਹੋਵੇ ਜਦੋਂ ਹੱਦੋਂ ਪਾਰ ਹੋ ਜਾਂਦੇ ਨੇ ਸਜਣੋ ਫਿਰ ਇਹੋ ਜੀਆਂ ਚੀਜ਼ਾਂ ਜਿਹੜੀਆਂ ਨੇ ਬੰਦੇ ਨੂੰ ਹਿਵਾਨ ਬਣਾ ਦਿੰਦੀਆਂ ਨੇ ਬੰਦੇ ਦੀ ਮਤ ਨੂੰ ਫੇਰ ਕੇ ਰੱਖ ਦਿੰਦੀਆਂ ਨੇ ਇਸ ਕਰਕੇ ਦੁਨੀਆਦਾਨਤ ਇੰਨਾ ਚੀਜ਼ਾਂ ਨਹੀਂ ਕਰਨਾ ਇਹ ਨਿਸ਼ਾਨੀਆਂ ਨੇ ਕਿ ਦੁਨੀਆਦਾਨਤ ਇਹਨਾਂ ਚੀਜ਼ਾਂ ਨਾਲ ਹੋਣਾ ਹੈ ਸਤਿਗੁਰ ਕਿਰਪਾ ਖੜ ਦੇਣ ਹੋ ਸਕੇ ਤੇ ਆਪਾਂ ਇਹਨਾਂ ਚੀਜ਼ਾਂ ਤੋਂ ਨਿਰਲੇਪ ਰਹੀਏ ਕਿਤਨਾ ਕਿਤੇ ਕੋਸ਼ਿਸ਼ ਕਰੀਏ ਪਿਆਰਿਓ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲਦੀ ਸਤਿਗੁਰ ਜੀ ਇਹੋ ਜੀ ਕਿਰਪਾ ਖੜ ਦੇਣ ਕਿ ਮੇਰੇ ਸਤਿਗੁਰ ਨੇ ਬਿਲਕੁਲ ਸਾਫ਼-ਸਾਫ਼ ਸਮਝਾਇਆ ਹੈ ਪਾਤਸ਼ਾਹ ਕਹਿੰਦੇ ਨੇ ਤੇ ਇਹਨਾਂ ਚੀਜ਼ਾਂ ਵਿੱਚੋਂ ਨਿਲੇ ਭੋਕੇ ਕਰਨਾ ਤਾਂ ਉਹ ਸਿਆਣਪ ਸੁਰਜਣਾ ਸਿਮਰੋ ਹਰ ਹਰ ਰਾਇ ਇਹ ਭਲੇ ਮਨੁੱਖਾ ਚਤੁਰਾਈ ਛੱਡ ਕੇ ਅਕਾਲ ਪੁਰਖ ਨੂੰ ਸਿਮਰਨ ਯਾਦ ਕਰ ਉਸਾ ਸਿਮਰਨ ਕਰ ਤੇ ਇਹਨਾਂ ਚੀਜ਼ਾਂ ਤੇ ਕੰਟਰੋਲ ਕਰਨਾ ਤੈਨੂੰ ਗੁਰੂ ਦੱਸੇਗਾ ਯਾਦ ਰੱਖੀ ਪਾਤਸ਼ਾਹ ਜੀ ਕਿਰਪਾ ਕਰਨ ਇਹਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਚੈਨਲ ਦੇ ਨਾਲ ਜੁੜੇ ਰਹੋ